मामला लापता पावन स्वरूपों का शिरोमणि अकाली दल अमृतसर ने की दोषियों को सजा मिलने की रखी मांग शिरोमणि अकाली दल अमृतसर के नेता जसकरण सिंह व काहन सिंह आदि नेताओं ने आज श्री अकाल तक पर जाकर अरदास की जिसके बाद उन्होंने मांग रखी कि 328 श्री गुरु ग्रंथ साहब के पावन स्वरूपों के लापता मामले में दोषी पाए गए अधिकारियों तथा कर्मचारियों के विरुद्ध फौजदारी केस दर्ज हो उन्होंने कहा कि जब तक ऐसा नहीं होता श्रोमणी अकाली दल अमृतसर संघर्ष करती रहेगी इस मौके पर भाई जवाहर सिंह हरवीर सिंह संधू तथा दल के कई अन्य नेता भी मौजूद रहे ਕਮੇਟੀ ਨੇ ਉਹਨੇ ਬਿਆਨ ਦਿੱਤਾ ਸੀ ਵੀ ਮੈਂ ਇਹ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਕੇਸ ਰਜਿਸਟਰਡ ਕਰਾਂਗੇ ਉਹਨਾਂ ਨੇ ਕੇਸ ਰਜਿਸਟਰਡ ਕਰਨ ਤੋਂ ਬਿਆਨ ਦੇ ਕੇ ਦੂਜੇ ਦਿਨੀ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਸੀਏ ਸੀਗਾ ਚਾਰਟਰਡ ਅਕਾਊਂਟੈਂਟ ਕੋਹਲੀ ਉਹਦੇ ਵਿੱਚੋਂ ਇਨਵੋਲਵ ਸੀਗਾ ਤੇ ਉਹਦਾ ਕਰਕੇ ਫਿਰ ਸੁਖਵੀਰ ਸਿੰਘ ਬਾਦਲ ਨੇ ਉਹ ਬਿਆਨ ਦੀ ਤਬਦੀਲੀ ਕਰਾਤੀ ਗੋਵਿੰਦ ਲੋਂਗੋਵਾਲ ਕਹਿੰਦਾ ਹੁਣ ਕੋਈ ਲੋੜ ਨਹੀਂ ਕਹਿੰਦਾ ਪੁਲਿਸ ਦੀ ਤਪਦੀਸ਼ ਅਸੀਂ ਗੁਰੂ ਘਰ ਚ ਨਹੀਂ ਲਿਆਉਣਾ ਚਾਹੁੰਦੇ ਅਸੀਂ ਗੋਵਿੰਦ ਲੋਂਗੋਵਾਲ ਨੂੰ ਪੁੱਛਣਾ ਚਾਹੁੰਦੇ ਆ ਵੀ ਫਿਰ ਜਿਹੜੇ ਗਨਮੈਨ ਨਹੀਂ ਫਿਰਦਾ ਪੁਲਿਸ ਦੇ ਉਹ ਦਰਬਾਰ ਸਾਹਿਬ ਦੇ ਵਿੱਚ ਲੈ ਕੇ ਉਹਨਾਂ ਰੋਜ਼ ਤੇ ਪੁਲਿਸ ਦੀ ਦਖਲਅੰਦਾਜ਼ੀ ਦਰਬਾਰ ਸਾਹਿਬ 'ਚ ਤੁਸੀਂ ਦੇਖਦੇ ਹੋ ਤੇ ਕੀ ਪੁਲਿਸ ਤੋਂ ਬਿਨਾ ਇਹ ਕੱਟ ਸਕਦੇ ਆ ਸਾਰੇ ਬੰਦਿਆਂ ਨਾਲ 20 20 30 30 ਗਨਮੈਨ ਆ ਪੁਲਿਸ ਦੇ ਤੇ ਪੁਲਿਸ ਦੀ ਤਪਤੀਸ਼ ਤੋਂ ਕਹਿੰਦੇ ਆ ਵੀ ਅਸੀਂ ਇਹ ਮੁਨਕਰ ਹੁੰਦੇ ਆ ਉਸ ਗੱਲ ਤੋਂ ਦੂਜੇ ਪਾਸੇ ਗੋਵਿੰਦ ਲੋਂਗੋਵਾਲ ਦੇ ਖਿਲਾਫ ਲੋਂਗੋਵਾਲ ਇੱਕ ਮੋਰਚਾ ਲੱਗਿਆ ਇਹ ਸੰਗਤ ਸਾਰੀ ਮੋਰਚੇ ਤੋਂ ਆਈ ਹੈ ਸਰਸੰਗੇ ਜੀ ਉੱਥੇ ਇੱਕ ਕਰਨੈਲ ਸਿੰਘ ਪਿੰਡ ਦਾ ਇੱਕ ਬਹੁਤ ਜ਼ਿੰਮੇਵਾਰ ਬੰਦਾ ਹੈ ਉਹਨੇ ਸਟੇਜ ਤੇ ਖੜ ਕੇ ਕਿਹਾ ਵੀ ਗੋਵਿੰਦ ਲੋਂਗੋਵਾਲ ਦੇ ਜਿਹੜੀ ਆਪਦੀ ਕੋਠੀ ਬਣਾਈ ਆ ਉਹ ਸ਼ਮਸ਼ਾਨ ਘਾਟ ਉਹਦਾ ਗੇਟ ਸ਼ਮਸ਼ਾਨ ਘਾਟ ਚ ਖੁੱਲਦਾ ਹੈ ਜਿਹੜਾ ਬਿਲਕੁਲ ਨੇ ਪਟਵਾਰੀ ਨੂੰ ਵੀ ਅਸੀਂ ਪੁੱਛਿਆ ਸਾਰੀ ਗੱਲ ਬਿਲਕੁਲ درست ਹੈ ਗੋਵਿੰਦ ਲੋਂਗੋਵਾਲ ਦੀ ਜਿਹੜੀ ਕੋਠੀ ਆ ਉਹਦਾ ਗੇਟ ਸ਼ਮਸ਼ਾਨ ਘਾਟ ਚ ਖੁੱਲਦਾ ਹੈ ਐਦੂੰ ਸ਼ਰਮ ਵਾਲੀ ਗੱਲ ਕੀ ਹੋਊ ਜਿੱਦੇ 28 ਤਰੀਕ ਨੂੰ ਜਲਾਸ ਸੀਗਾ ਉਹਦੇ ਜਲਾਸ ਦੇ ਵਿੱਚ ਤਾਂ ਕੋਈ ਗੱਲਬਾਤ ਕੀਤੀ ਨਹੀਂ ਨਾ ਮੋਰਚਿਆਂ ਦੀ ਗੱਲ ਕਰੀ ਦੋ ਮੋਰਚੇ ਲੱਗੇ ਆ ਨਾ 328 ਰੁਪਿਆ ਦੀ ਕਰੀ ਤੇ ਬਾਬਾ ਲੱਖਾ ਸਿੰਘ ਜਿਹੜੇ ਕਾਰ ਸੇਵਾ ਵਾਲੇ ਆ ਇੱਕ ਕੋਟਾ ਹਰਿਆਣਾ ਸਤਾਨ ਚ ਪੈਂਦਾ ਹੈ ਉਥੇ ਜ਼ਮੀਨ ਦਾ ਰੋਲਾ ਚੱਲਦਾ ਹੈ ਉਹ ਚ ਗੋਵਿੰਦ ਲਾਉਂਦੋ ਵਾਲ ਨੇ ਸੌਦੇਬਾਜ਼ੀ ਕਰ ਰੱਖੀ ਹੈ ਉਹਦੇ ਨਾਲ ਤਾਂ ਉੱਥੇ ਸ਼ਾਮ ਨੂੰ ਇਹਦੀ ਮੀਟਿੰਗ ਹੋਈ ਹੈ ਤੇ ਦੋ ਗੱਡੀਆਂ ਸ਼੍ਰੋਮਣੀ ਕਮੇਟੀ ਦੀਆਂ ਉਸ ਜ਼ਮੀਨ ਦੇ ਕਾਪੜੇ ਦੇ ਸੰਬੰਧ ਦੇ ਵਿੱਚ ਆਪਦੇ ਮੈਂਬਰਾਂ ਨੂੰ ਭੇਜ ਕੇ ਰਾਜੀਨਾਮਾ ਕਰਾ ਕੇ ਉਹ ਜ਼ਮੀਨ ਹੜਪਣਾ ਚਾਹੁੰਦਾ ਹੈ 328 ਰੁਪਿਆਂ ਦਾ ਇਹਨਾਂ ਕੋਲੇ ਕੋਈ ਹਿਸਾਬ ਨਹੀਂ 328 ਰੁਪਿਆਂ ਦੀ ਕੋਈ ਸੋਚ ਨਹੀਂ ਸਾਧ ਸੰਗਤ ਜੀ ਨਿੱਜੀ ਮਫਾਦਿਆਂ ਦੇ ਵਿੱਚ ਇਹ ਲੋਕ ਘਰੇ ਹੋਏ ਐ ਗੋਵਿੰਦ ਲੋਂਗੋਵਾਲ ਦੇ ਖਿਲਾਫ ਕੇਸ ਰਜਿਸਟਰਡ ਹੋਣਾ ਚਾਹੀਦਾ ਤੇ ਸਾਰੇ ਜਿਹੜੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਤਾਂ ਹੋਣਾ ਹੀ ਚਾਹੀਦਾ ਗੋਵਿੰਦ ਲੋਂਗੋਵਾਲ ਦੇ ਖਿਲਾਫ ਵੀ ਕੇਸ ਰਜਿਸਟਰਡ ਹੋਣਾ ਚਾਹੀਦਾ ਕਰਨ ਸਿੰਘ ਕਾਨ ਸਿੰਘ ਵਾਲਾ ਜਨਰਲ ਸੈਕਟਰੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਕਿਸਾਨ ਯੂਨੀਅਨ ਅੰਮ੍ਰਿਤਸਰ ਅੱਜ ਅਸੀਂ ਸ਼ਰੀ ਅਕਾਲਤਖ ਸਾਹਿਬ ਤੇ ਅਰਦਾਸ ਬੇਨਤੀ ਜੋਦੜੀ ਫਰਿਆਰ ਕਰਕੇ ਆਏ ਸੀਗੇ ਪੰਥਕ ਜਥੇਬੰਦੀ ਵੱਲੋਂ ਕਿਉਂਕਿ 17 ਅਕਤੂਬਰ 2020 ਨੂੰ ਇਸ ਅਕਾਲਤਖ ਸਾਹਿਬ ਤੇ ਇਕੱਠ ਹੋਇਆ ਸੀ ਉਹਦੇ ਵਿੱਚ ਫੈਸਲਾ ਲਿਆ ਗਿਆ ਸੀ ਕਿ ਅਸੀਂ 22 ਸਤੰਬਰ ਤੋਂ ਲਗਾਤਾਰ ਲੌਂਗਵਾਲ ਦੇ ਘਰ ਅੱਗੇ ਧਰਨਾ ਲਾਵਾਂਗੇ ਉਹ ਲਗਾਤਾਰ ਅੱਜ 22 ਤਰੀਕ ਤੋਂ ਜਿਹੜਾ ਧਰਨਾ ਹੈ ਲਗਾਤਾਰ ਲੌਂਗਵਾਲ ਵਿਖੇ ਚੱਲ ਰਿਹਾ ਹੈ ਤੇ 22 ਦਿਨਾਂ ਦੇ ਵਿੱਚ ਨਾ ਤਾਂ ਗੋਬਿੰਦ ਸਿੰਘ ਲੋਂਗਵਾਲ ਨਾ ਅੰਤਰਗ ਕਮੇਟੀ ਨਾ ਇਹਦੇ ਅਹੁਦੇਦਾਰ ਨਾ ਸੁਖਬੀਰ ਸਿੰਘ ਬਾਦਲ ਨਾ ਪ੍ਰਕਾਸ਼ ਸਿੰਘ ਬਾਦਲ ਤੇ ਨਾ ਬਿਕਰਨਜੀਤ ਸਿੰਘ ਮਜੀਠੀਆ ਕਹਿੰਨ ਤੋਂ ਬਾਅਦ ਇਹਨਾਂ ਚੋਂ ਕਿਸੇ ਬੰਦੇ ਨੇ ਇਹ ਨਹੀਂ ਦੱਸਿਆ ਅਸੀਂ ਪ੍ਰਕਾਸ਼ ਸਿੰਘ ਬਾਦਲ ਦਾ ਤੇ ਦੂਜੇ ਦਾ ਨਾਂ ਤਾਂ ਲਿਆ ਹੈ ਕਿ ਜਿਹੜਾ ਜਥੇਦਾਰ ਸਾਹਿਬ ਆ ਉਹ ਵੀ ਪ੍ਰਕਾਸ਼ ਸਿੰਘ ਬਾਦਲ ਦੇ ਲਫਾਫੇ ਚੋਂ ਨਿਕਲਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਆਏ ਸਾਲ ਲਫਾਫੇ ਚੋਂ ਨਿਕਲਦਾ ਤੇ ਹੁਣ ਵੀ ਨਿਕਲਣ ਵਾਲਾ ਹੈ ਅਸੀਂ ਇਹ ਕਹਿੰਦੇ ਸੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਪੂਰੀ ਉਹਨਾਂ ਨੇ ਅੱਜ ਤੱਕ ਇਹ ਨਹੀਂ ਦੱਸਿਆ ਕਿ ਸਾਡੇ ਗੁਰੂ ਕਿੱਥੇ ਆ ਕੌਣ ਲੈ ਗਿਆ ਕਿੱਥੇ ਆ ਕੌਣ ਲੈ ਗਿਆ ਕਿਉਂ ਲੈ ਗਿਆ ਕਿਹੜੀ ਸ਼ਾਸ਼ ਹੈ ਆਪਣੇ ਘਰ ਦੇ ਵਿੱਚ ਵੀ ਕੋਈ ਮਾੜੀ ਮੋੜੀ ਚੀਜ਼ ਗੋਮ ਹੋ ਜੇ ਉਹਦਾ ਵੀ ਪਤਾ ਇਹਨਾਂ ਨੇ ਸਮਝਾ ਨਹੀਂ ਇਹ ਮੂਕਦਰਸ਼ ਬਣੇ ਬੈਠੇ ਆ ਕਹਿਣ ਤੋਂ ਪਾਵ ਸਾਨੂੰ ਪੂਰਾ ਇਹ ਖਦਸ਼ਾ ਹੈ ਕਿ ਜਿਹੜੇ ਇਹ ਗੁਰੂ ਸਾਹਿਬ ਦੇ ਸਰੂਪ ਆ ਉਹ ਨਾਗਪੁਰ ਚਲੇ ਗਏ ਆ ਜਾਂ ਸਰਸੇ ਵਾਲੇ ਜਾਂ ਪਨੇਰੇ ਵਾਲੇ ਕੋਲੇ ਚਲੇ ਗਏ ਆ ਕਾਰਨ ਕੀ ਆ ਪਿਛਲੇ ਸਮੇਂ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇੱਕ ਸਰੂਪ ਬਗਰਾੜੀ ਦੇ ਵਿੱਚੋਂ ਬੇਅਦਬੀ ਹੋਈ ਸੀ ਬੋਰ ਜੋ ਜਵਾਰ ਸਿੰਘ ਵਾਲੇ ਚੋਂ ਚੋਰੀ ਹੋ ਗਈ ਸੀ ਉਦੋਂ ਵੀ ਸਰਸੇ ਵਾਲੇ ਸਾਧ ਨੇ ਚੋਰੀ ਕੀਤਾ ਸੀ ਅਸੀਂ ਕਿਹਾ ਸੀ ਉਹਨਾਂ ਨੇ ਚੋਰੀ ਕੀਤਾ ਉਹਨਾਂ ਨੂੰ ਪੁਸ਼ਤਪਨਾ ਹੀ ਦਿੱਤੀ ਤੇ ਫਿਰ ਸਾਨੂੰ ਕੁੱਟਿਆ ਤੇ ਸਾਨੂੰ ਜੇਲਾ ਚ ਬੰਦ ਕੀਤਾ ਅਸੀਂ ਇਹ ਕਹਿੰਦੇ ਆਂ ਵੀ ਹੁਣ ਇਹ ਖਦਸ਼ਾ ਹੈ ਹੁਣ ਤਾਂ ਨਹੀਂ ਦੱਸਦੇ ਉਦੋਂ ਸਰਸੇ ਵਾਲਾ ਨਹੀਂ ਇਹਨਾਂ ਨੇ ਦੱਸਿਆ ਸਰਕਾਰ ਸੀ ਹੁਣ ਇਹ ਤਾਂ ਨਹੀਂ ਦੱਸਦੇ ਤੇ ਸਰਸੇ ਵਾਲੇ ਸਾਦੇ ਚੇਲੇ ਪਾਉਣਗੇ ਰੋਲਾ ਕਿ ਅਸੀਂ ਦੱਸ ਦਾਂਗੇ ਗੁਰੂ ਕਿੱਥੇ ਗਏ ਆ ਇਹਨਾਂ ਦੋਨਾਂ ਦੀ ਸਾਂਝ ਕਰਕੇ ਦੱਸ ਨਹੀਂ ਰਹੇ ਤੇ ਫਿਰ ਇਸ ਚਰਨ 'ਚ ਜਦੋਂ ਕੋਈ ਹੀਲਾ ਨਾ ਨਾ ਰਵੇ ਉਦੋਂ ਫਿਰ ਅਸੀਂ ਅਕਾਲ ਤਖਤ ਤੇ ਅਰਦਾਸ ਬੇਨਤੀ ਕਰਨਾ ਹੈ ਅੱਜ ਅਕਾਲ ਤਖਤ ਸਾਡੇ ਅਰਦਾਸ ਬੇਨਤੀ ਕਰਦਾ ਹੈ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰ ਕੌਮ ਤੇ ਮਿਹਰ ਕਰ ਕਿ ਜਿਹੜੇ ਗੁਰੂ ਦੇ ਦੋਸ਼ੀ ਆ ਤੂੰ ਆਪ ਮੁਹਾਰੇ ਨੰਗੇ ਕਰ ਦੇ ਸ਼ਾਸ ਕਰ ਕੀ ਨੰਗੇ ਕਰ ਦੇ ਕਿਸੇ ਸਿੱਖ ਦੇ ਵਿੱਚੋਂ ਬੋਲੇ ਕੋਈ ਉੱਠ ਕੇ ਬੋਲੇ ਕਿ ਆ ਗੁਰੂ ਐਸ ਜਗ੍ਹਾ ਤੇ ਪਏ ਆ ਤੇ ਉੱਥੋਂ ਚੱਕ ਲੋ ਇਸ ਕਰਕੇ ਇਹ ਜਿਹੜਾ ਪਰਦਾ ਫਾਸ਼ ਹੋਵੇ ਗੁਰੂ ਸਾਹਿਬ ਤੋਂ ਕਿਉਂਕਿ ਸਰਬੱਤ ਗੁਰੂ ਆ ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਕੋਈ ਗੱਲ ਚੀਜ਼ ਨਹੀਂ ਜਦੋਂ ਸਾਰੇ ਹਿੱਲੇ ਮੁੱਕ ਜਾਂਦੇ ਤੇ ਗੁਰੂ ਗ੍ਰੰਥ ਸਾਹਿਬ ਹੁੰਦਾ ਤੇ ਦੂਜਾ ਸੀ ਅੱਜ ਇੱਕ ਚੈਕਿੰਗ ਕਰਕੇ ਆਏ ਸਾਰੇ ਜਾਨੇ ਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਐਡਵਾਨੀ ਸੀ ਉਹਨੇ ਇੱਕ ਕਿਤਾਬ ਲਿਖੀ ਮਾਈ ਕੰਟਰੀ ਮਾਈ ਲਾਈਫ ਉਹਨੇ ਇੰਦਰਾ ਗਾਂਧੀ ਨੂੰ ਕਿਹਾ ਇੰਦਰਾ ਗਾਂਧੀ ਤੂੰ ਦੁਰਗਾ ਮਾਤਾ ਤੂੰ ਚੰਗਾ ਸਿੱਖਾਂ ਨੂੰ ਸਬਕ ਸਿਖਾਇਆ ਜਿਹੜਾ ਦਰਬਾਰ ਸਾਹਿਬ ਜੜਾਟਾਇਆ ਸੀ ਇਹ 6 ਮਹੀਨੇ ਫੈਸਲਾ ਕੀਤਾ ਜਿਹੜਾ ਲੇਟ ਕੀਤਾ ਦਰਸਤ ਕੀਤਾ ਉਹਨੇ ਫਿਰ ਕਿਹਾ ਸੀ ਕਿ ਜਿਹੜੇ ਦਰਸ਼ਨੀ ਡੋਰੀ ਦੇ ਦਰਵਾਜ਼ੇ ਆ ਇਹ ਸਾਨੂੰ ਦੇ ਦਿਓ ਡਵਾਨੀ ਵੀ ਮੰਗਦਾ ਰਿਹਾ ਮਰਾਰਾ ਜੀ ਡਿਸਾਈ ਵੀ ਮੰਗਦਾ ਰਿਹਾ ਬਾਜਪਾ ਵੀ ਮੰਗਦਾ ਰਿਹਾ ਉਦੋਂ ਫਿਰ ਇਹਨਾਂ ਨੇ ਸਿੱਖ ਕੌਮ ਨੇ ਕਿਹਾ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਕਿਹਾ ਜਿਵੇਂ ਅਸੀਂ ਦਰਵਾਜ਼ੇ ਲੈ ਕੇ ਆਂਦੇ ਆ ਜੇ ਲਜਾਣੇ ਓਵੇਂ ਖੋ ਕੇ ਲੈ ਜਾਓ ਉਸ ਤਰੀਕੇ ਜੰਗ ਦੇ ਤਰੀਕੇ ਚੋ ਜਾਣਗੇ ਫਿਰ ਕਾਰ ਸੇਵਾ ਦੇ ਨਾਂ ਤੇ ਦਰਵਾਜੇ ਪਹਿਲਾਂ ਇਹ ਬੀਜੇਪੀ ਆਰਐਸ ਨੇ ਬਾਦਲ ਨੇ ਕਨਿਤੀ ਬਣਾਈ ਸੀ ਕਾਰ ਸੇਵਾ ਦੇ ਨਾਂ ਤੇ ਦਰਵਾਜੇ ਬਾਹਰ ਲੈ ਜੀ ਗਏ ਉਥੋਂ ਕਰਕੇ ਦਰਵਾਜ਼ੇ ਇਹਨਾਂ ਨੂੰ ਦੇ ਦिए ਕੌਮ ਨੇ ਉਹ ਦਰਵਾਜ਼ੇ ਜਾਣ ਨਹੀਂ ਦਿੱਤੇ ਕੌਮ ਦੇ ਵਿੱਚ ਖਤਸਰ ਜੀ ਦਰਵਾਜ਼ੇ ਕਿੱਥੇ ਆ ਅੱਜ ਅਸੀਂ ਸਾਰੇ ਜਾ ਕੇ ਉਹ ਦਰਸ਼ਣੀ ਦੇੜੀ ਦੇ ਦਰਵਾਜ਼ੇ ਚੈੱਕ ਕਰ ਰਹੇ ਆ ਦਰਵਾਜ਼ੇ ਇੱਥੇ ਰਹਿਣਗੇ ਨਾ ਹੀ ਕਾਰ ਸੇਵਾ ਦੇ ਨਾਂ ਤੇ ਕਿਤੇ ਹੋਰ ਜਾਣ ਦਿੱਤੇ ਜਾਣਗੇ ਇਸ ਕਰਕੇ ਇਹਨਾਂ ਹੀ ਹੈ ਕਿ ਅਸੀਂ ਗੁਰੂਕਲ ਅਰਦਾਸ ਹੈ ਦੂਜੀ ਬੇਨਤੀ ਕਿ 24 ਤਰੀਕ ਨੂੰ ਇੱਕ ਬਹੁਤ ਵੱਡਾ ਪੰਥਕ ਕੱਠ 24 ਅਕਤੂਬਰ ਨੂੰ ਹੋ ਰਿਹਾ ਹੈ ਲੰਗੋਵਾਲ ਉੱਥੇ ਸਾਰੇ ਪੰਥ ਦੇ ਢਾਡੀ ਰਾਗੀ ਸਾਰੇ ਨਾਨਕਲੇਵਾ ਜਿਹੜੇ ਗੁਰੂ ਨੂੰ ਪਿਆਰ ਕਰਦੇ ਆ ਉਹ ਸਾਰੇ ਆਉਣ ਉਸ ਤੋਂ ਬਾਅਦ ਜਿਹੜਾ ਕਿਸਾਨਾਂ ਦਾ ਜਿਹੜਾ ਮੋਰਚਾ ਲੱਗਿਆ ਕਿਸਾਨਾਂ ਦਾ ਜਿਹੜਾ ਮੋਰਚਾ ਲੱਗਿਆ ਉਹਦੇ ਸੰਬੰਧ ਦੇ ਵਿੱਚ ਕਿਉਂਕਿ ਮੋਦੀ ਨੇ ਤੇ ਰਸਤੇ ਬੰਦ ਕਰ ਦਿੱਤੇ ਆ ਬਿਲਕੁਲ ਬੰਦ ਕਰ ਦਿੱਤੇ ਆ ਆਰਡੀਨੈਂਸ ਵੀ ਜਾਰੀ ਕਰਦਾ ਕਿਸਾਨ ਯੂਨਿਟ ਕਿੰਨੀਆਂ ਜਿਹੜੀਆਂ ਦਿੱਲੀ ਗਈਆਂ ਸੀ ਉਹਨਾਂ ਨੂੰ ਵੀ ਠੂਠਾ ਵਿਗਾ ਦਿੱਤਾ ਉਹਨਾਂ ਨੂੰ ਵੀ ਖਾਲੀ ਮੋੜ ਦਿੱਤਾ ਪਰ ਅਸੀਂ ਕਹਿੰਦੇ ਅਣਖਣਾ ਰਹੀਏ ਉਸ ਗੱਲ ਨੂੰ ਜੇ ਮੋਦੀ ਨੇ ਸਾਨੂੰ ਉੱਥੇ ਨਹੀਂ ਜਾਣਦੇ ਨਾ ਕਿਸਾਨਾਂ ਨੂੰ ਮਾਰਨਾ ਮਜ਼ਦੂਰਾਂ ਨੂੰ ਮਾਰਨਾ ਦੁਕਾਨਦਾਰਾਂ ਨੂੰ ਮਾਰਨਾ ਤੇ ਫਿਰ ਜੇ ਸ਼ੰਭੂ ਵਾਲਾ ਬਾਰਡਰ ਬੰਦ ਕਰਤਾ ਹੈ ਸ਼ੰਭੂ ਬਾਰਡਰ ਤੋਂ 253 ਕਿਲੋਮੀਟਰ ਜਿਹੜਾ ਹੈਗਾ ਲਾਹੌਰ ਹੈ ਤੇ ਉਥੋਂ 226 ਕਿਲੋਮੀਟਰ ਹੈਗਾ ਦਿੱਲੀ ਹੈ ਤੇ ਜੇ ਅਸੀਂ ਅੱਧ ਚਾਲੀਆ ਲੁਧਿਆਣੇ ਚਾਹੀਏ 150 ਕਿਲੋਮੀਟਰ ਇਹਦਾ ਤੇ ਹੋਰ ਮੈਂ ਸਿੱਖ ਕੌਮ ਨੂੰ ਅਪੀਲ ਕਰਦਾ ਕਿ ਆਪਾਂ ਵਾਗਾ ਵੱਲ ਨਹੀਂ ਚੱਲੀਏ ਸ਼ੰਭੂ ਵੱਲ ਨਹੀਂ ਚੱਲੀਏ ਜੇ ਸਾਨੂੰ ਉੱਥੇ ਆ ਤੇ ਫਿਰ ਅਸੀਂ ਇੰਨੀ ਵਾਲਾ ਬਾਰਡਰ ਖੋਲ੍ਹ ਲਈਏ ਇਸ ਕਰਕੇ ਲਾਹੌਰ ਵੱਲ ਨਹੀਂ ਚੱਲੀਏ ਕੋਈ ਸਿਆਣਾ ਬੰਦਾ ਦੂਰ ਦਾ ਪੈਂਡਾ ਨਹੀਂ ਕਰਦਾ ਸਾਨੂੰ ਲਾਹੌਰ ਨੇ ਰਿਆ ਅਸੀਂ ਤਾਂ ਕਹਿੰਦੇ ਅਸੀਂ ਯੋਗਤਮੰਦ ਨਾ ਇੰਟਰਨੈਸ਼ਨਲ ਪਾਲਿਸੀ ਆ ਜਦੋਂ ਦੀ ਪਾਕਿਸਤਾਨ ਦੀ ਗੱਲ ਕਰਦੇ ਆ ਸਾਨੂੰ ਅੱਤਵਾਦ ਵੱਖਵਾਦ ਹਾਰਡ ਲਾਈਨਰ ਕਹਿ ਦਿੰਦੇ ਆ ਅਸੀਂ ਨਾ ਅੱਤਵਾਦੀਆਂ ਨਾ ਵੱਖਵਾਦੀਆਂ ਤੇ ਜੇ ਨੇਪਾਲ ਦਾ ਬਾਰਡਰ ਖੁੱਲਿਆ ਜੇ ਬੰਗਲਾਦੇਸ਼ ਦਾ ਬਾਰਡਰ ਖੁੱਲਿਆ ਉੱਥੇ ਵਪਾਰ ਹੋ ਰਿਹਾ ਹੈ ਫਿਰ ਸਾਡਾ ਵਾਗਾ ਬਾਰਡਰ ਕਿਉਂ ਨਹੀਂ ਖੁੱਲਿਆ ਸਾਡਾ ਹਸੈਨੀ ਵਾਲਾ ਬਾਰਡਰ ਕਿਉਂ ਨਹੀਂ ਖੁੱਲਿਆ ਸਾਡਾ ਸੁਲੇਮਾਨ ਕੀ ਬਾਰਡਰ ਕਿਉਂ ਨਹੀਂ ਖੁੱਲਿਆ ਰਾਜਸਥਾਨ ਦਾ ਹਿੰਦੂ ਮਲ ਕੋਟ ਕਿਉਂ ਨਹੀਂ ਖੁੱਲਿਆ ਅਨੂਪਗੜ ਬਾਰਡਰ ਕਿਉਂ ਨਹੀਂ ਖੁੱਲਿਆ ਤੇ ਫਿਰ ਸਾਡਾ ਬਾਰਡਰ ਜਿਹੜਾ ਜੈਸਲਮੇਲ ਆ ਰਾਮਗੜਾ ਹੈ ਜਿੱਥੇ ਬਾਰਡਰ ਫਿਲਮ ਬਣੀ ਸੀ ਉਹ ਕਿਉਂ ਨਹੀਂ ਖੁੱਲਿਆ ਇਸ ਕਰਕੇ ਜੇ ਇਸ ਬਾਰਡਰ ਤੋਂ ਟਾਟਾ ਦਾ ਟਰੱਕ ਵੇਖ ਸਕਦਾ ਸੋਨਾਲੀ ਕਾ ਟਰੈਕਟਰ ਵੇਖ ਸਕਦਾ ਬਿਰਲਾ ਦਾ ਸੀਮੈਂਟ ਵੇਖ ਸਕਦਾ ਉਧਰੋਂ ਕਿਸਮਸ ਆ ਸਕਦੀ ਆ ਰਿਲਾਇੰਸ ਦੀਆਂ ਸਬਜ਼ੀਆਂ ਜਾ ਸਕਦੀਆਂ ਤੇ ਪਿੱਛੇ ਮੋਦੀ ਨੇ ਟਮਾਟਰ ਭੇਜੇ ਸੀ ਤੇ ਜੇ ਇਹ ਵਪਾਰ ਲਈ ਜਾ ਸਕਦਾ ਤੇ ਸਾਡੀਆਂ ਕਿਸਾਨ ਦੀਆਂ ਜਨਸਾਂ ਕਿਉਂ ਨਹੀਂ ਜਾ ਸਕਦੀ ਸਾਡੀ ਉੱਤੇ ਪ੍ਰੈਸ ਕਿਉਂ ਨਹੀਂ ਜਾ ਸਕਦੀ ਤੁਸੀਂ ਤੇ ਅਸੀਂ ਕਿਉਂ ਨਹੀਂ ਜਾ ਸਕਦੇ ਸਾਡੇ ਪੰਜਾਬ ਦੇ ਵਪਾਰੀ ਕਿਉਂ ਨਹੀਂ ਜਾ ਸਕਦੇ ਇਹ ਸਬੰਧ ਚ 10 ਨਵੰਬਰ 2020 ਨੂੰ ਫਿਰੋਜ਼ਪੁਰ ਸਹਨੀ ਵਾਲਾ ਵੇਖੇ ਬਾਰਡਰ ਖੋਲੋ ਇੱਕ ਜਿਹੜੀ ਰੈਲੀ ਆ ਬਹੁਤ ਤਕੜੀ ਖੋਲ ਜਿਆ ਕੀਤੀ ਜਾ ਰਹੀ ਆ ਸੋ ਇੰਨਾ ਹੀ ਸੀ ਮੇਰੀ ਗੱਲ ਸੀਗੀ ਹੁਣ ਗੁਰਸੇਵ ਸਿੰਘ ਜੀ ਜਵਾਰ ਕੇ ਇਹ ਕੁਝ ਮੁੱਦਿਆਂ ਤੇ ਗੱਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ